ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਇੱਕ ਪਾਸੇ ਲੋਕ ਸਭਾ ਚੋਣਾਂ ਨੇ ਮਾਹੌਲ ਗਰਮਾਇਆ ਹੋਇਆ ਹੈ ਅਤੇ ਦੂਜੇ ਪਾਸੇ ਕੁਝ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਹੜੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਰਹੇ ਨੇ। ਜੀ ਹਾਂ, ਨਸ਼ੇ ਨੇ ਥਾਣਾ ਭਿੱਖੀਵਿੰਡ ਦੀ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵਿਆਂ ਦੀ ਫੂਕ ਉਸ ਵਕਤ ਨਿਕਲਦੀ ਨਜ਼ਰ ਆਈ ਜਦੋਂ ਪਿੰਡ ਸੁੱਗਾ ਦੇ ਨਾਮੀ ਨਸ਼ਾ ਵੇਚੂ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਜਿਸ ਨਾਲ ਇਲਾਕੇ ਦੇ ਲੋਕਾਂ ਅੰਦਰ ਪੁਲਿਸ ਪ੍ਰਤੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਦੇਖੋ ਇਹ ਵੀਡੀਓ। ਜਿਹੜਾ ਮੈਂ ਦੇ ਗਿਆ ਉਹ ਨਹੀਂ ਮਾੜਾ, ਜਿਹੜਾ ਬੱਬੂ ਨੇ ਦਿੱਤਾ ਉਹ ਮਾੜਾ ਸੀ। ਬੱਬੂ ਵਾਲੇ ਕਰ ਜਿਹੜਾ ਮੈਂ ਦੇ ਗਿਆ ਉਹਨਾਂ ਵੀ ਨਹੀਂ ਪੁੱਛਿਆ। ਹਾਂ ਵੀਰ ਜੀ, ਸਰਾਵਾਂ ਵਾਲਾ ਆਂਦਾ ਆ ਜੋ, 2700 ਰੁਪਇਆ ਲੱਗੂਗਾ ਜੋ। ਯਕੀਨ ਨੀ ਕਿਸੇ ਬੰਦੇ ਨੇ ਕਰਨਾ, ਕੀ ਫਾਇਦਾ ਬਕਵਾਸ ਕਰਨਾ ਕਿਸੇ ਨਾਲ। ਨਸ਼ਾ ਸ਼ਰਿਆਂ ਵੇਚਣ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਉਸ ਤੋਂ ਬਾਅਦ ਖੁਦ ਕਿਸੇ ਹੋਰ ਦੇ ਇੰਜੈਕਸ਼ਨ ਵੀ ਲਗਾ ਰਿਹਾ ਹੈ। ਦੂਜੇ ਪਾਸੇ ਜਦੋਂ ਇਸ ਸੰਬੰਧੀ ਥਾਣਾ ਭਿੱਖੀਵਿੰਡ ਦੇ SHO ਰਣਜੀਤ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਭਿੱਖੀਵਿੰਡ ਪੁਲਿਸ ਹਰਕਤ ਵਿੱਚ ਆ ਗਈ ਅਤੇ ਪਿੰਡ ਸੁੱਗਾ ਵਿਖੇ ਤਸਕਰ ਦੇ ਘਰ ਛਾਪੇਮਾਰੀ ਕੀਤੀ ਗਈ, ਪਰੰਤੂ ਉਹ ਘਰ ਤੋਂ ਫਰਾਰ ਹੈ। ਦੂਜੇ ਪਾਸੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਫੜੇ ਜਾਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਤਰਨ ਤਾਰਨ ਤੋਂ ਲਖਵਿੰਦਰ ਸਿੰਘ ਗੋਲਨ ਅਤੇ ਰਿੰਪਲ ਗੋਲਨ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ, ਇੱਕ ਨਾ ਅੱਜ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ ਸੁੱਗੇ ਦੀ। ਇੱਕ ਨੌਜਵਾਨ ਜਿਹੜਾ ਉਹ ਨਸ਼ਾ ਲਗਾ ਰਿਹਾ, ਇੱਕ ਨੌਜਵਾਨ ਜਿਹੜਾ ਉਹ ਨਸ਼ੇ ਦੇ ਮਤਲਬ ਕਿ ਵਿਕਰੀ ਬਾਰੇ ਗੱਲਾਂ ਕਰ ਰਿਹਾ, ਅਤੇ ਤੁਸੀਂ ਡਿਊਟੀ ਅਫਸਰ ਜੋ ਕੀ ਕਾਰਵਾਈ ਸਰ ਕਰ ਰਹੇ ਜੋ ਉਹਦੇ 'ਤੇ? ਅਸੀਂ ਇਹਨਾਂ ਦੇ ਘਰ ਰੇਡ ਕੀਤੇ ਹੋਏ ਹੈ ਜੀ, ਪਰ ਇਹ ਆਪਣਾ ਘਰੋਂ ਫਰਾਰ ਮਿਲਿਆ ਸਾਨੂੰ, ਇਹਨਾਂ ਨੂੰ ਗ੍ਰਿਫਤਾਰ ਕਰਕੇ ਜਲਦੀ ਇਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਤੁਹਾਨੂੰ ਪਤਾ ਹੈ ਸਰ ਵੀ ਲੋਕ ਸਭਾ ਚੋਣਾਂ ਚੱਲ ਰਹੀਆਂ, ਕੋਡ ਆਫ ਕੰਡਕਟ ਲੱਗਿਆ, ਪਰ ਫਿਰ ਵੀ ਜਿਹੜਾ ਨਸ਼ਾ ਇਹ ਸ਼ਰੇਆਮ ਵਿਕ ਰਿਹਾ, ਇਹ ਸਰ ਬੰਦ ਕਿਉਂ ਨਹੀਂ ਹੋ ਰਿਹਾ ਵੀ? ਪੁਲਿਸ ਵੱਲੋਂ ਇਸ ਸੰਬੰਧੀ ਕੋਈ ਵੀ ਢਿੱਲ ਨਹੀਂ ਹੈਗੀ। ਹਾਂਜੀ, ਅਤੇ ਸਾਡੇ ਵੱਲੋਂ ਤਾਂ ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਪਤਾ ਲੱਗਦਾ, ਇਸ ਤਰ੍ਹਾਂ ਦੀ ਗੱਲ ਪਤਾ ਲੱਗਦੀ ਹੈ, ਤਾਂ ਫੌਰਨ ਕਾਰਵਾਈ ਕੀਤੀ ਜਾਂਦੀ ਹੈ ਕਾਨੂੰਨ ਮੁਤਾਬਕ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।